ਗੱਲ ਕੁਛ ਨਹੀਂ ਸੀ, ਅਸੀਂ ਤੂੜੀ ਲੈ ਕੇ ਘਰੇ ਆਏ ਸੀ। ਘਰੇ ਆਉਂਦੇ ਨਾਲ ਅਸੀਂ ਪੰਡਾ ਲਾ ਲਿਆ, ਬਾਹਰ ਚਾਚੇ ਦਾ ਮੁੰਡਾ ਖੜਾ ਸੀ, ਉਹਨੇ ਮੇਰੇ ਪੰਡਾ ਚੁਕਾਤੀਆਂ। ਉਹਦਾ ਡੈਡੀ ਆਇਆ, ਉਹ ਦਾਰੂ ਪਿੱਤੀ ਫੁੱਲ, ਉਹ ਪਹਿਲਾਂ ਅੱਖਾਂ ਕੱਢਣ ਲੱਗ ਗਿਆ, ਫਿਰ ਮੈਂ ਬੱਠਾ ਲੈਣ ਗਿਆ ਅੰਦਰ, ਫਿਰ ਮੈਂ ਤੂੜੀ ਪਾ ਕੇ ਮੰਮੀ ਨੂੰ ਦਿੱਤੀ, ਮੈਂ ਗੱਡਾ ਪੜੇ ਠੱਲਣ ਗਿਆ, ਫਿਰ ਮੰਮੀ ਨੂੰ ਬੱਠਾ ਦਿੱਤਾ। ਉਹ ਕਹਿੰਦਾ ਮੰਮੀ ਵਾਸਤੇ ਕਹਿੰਦਾ ਗਲਤ ਬੋਲਿਆ, ਕਹਿੰਦੇ ਇਹਨੂੰ ਬਾਹਰ ਕੱਢੋ, ਰੰਡ ਨੂੰ ਬਾਹਰ ਕੱਢ ਲਓ। ਉਹ ਬਾਅਦ 'ਚ ਸਾਰੇ ਘਰੇ ਵੜ ਗਏ ਸਾਡੇ, ਉਹ 10-15 ਜਣੇ ਹੈਗੇ, ਇੱਕ ਬੂਆ ਦਾ ਮੁੰਡਾ ਆ ਇਹਨਾਂ ਦੇ, ਇੱਕ ਰਿਸ਼ਤੇਦਾਰ ਸੱਜੇ ਹੀ ਘਰੇ। ਇਹਨਾਂ ਪਹਿਲਾਂ ਪਲਾਨਿੰਗ ਬਣਾਈ ਸੀ, ਕੁਹਾੜੇ ਟੋਕੀਆਂ ਸਾਰਾ ਕੁਛ ਸੋਟੀਆਂ ਸਾਡੇ ਘਰੇ ਵੜ ਕੇ ਮਾਰੇ ਸਾਡੇ, ਰੋਲਾ ਕੋਰਟ ਵਿੱਚ ਕਰਾਈ ਹੈ ਸਾਡੀ, ਬਸ 9 ਮਹੀਨੇ ਹੋ ਗਏ। ਡੈਡੀ ਹੈਗਾ ਸੀ, ਚਾਚਾ ਦਾਦਾ ਸਾਰੇ ਸੀ, ਸਾਰਾ ਪਰਿਵਾਰ, ਪਿੱਛੋਂ ਮੁੰਡੇ ਸੱਦੇ ਸੀ ਇਹਨਾਂ ਦੇ, ਦਾਰੂ ਪਿੱਤੀ ਸੀ ਫੁੱਲ। ਮੰਗ ਤਾਂ ਬਸ ਆਹੀ ਕਰਦੇ ਹਾਂ ਸਾਫ ਜੀ, ਤਾਂ ਦੇਖੋ ਘਰੇ ਵੜ ਕੇ ਸਾਡੇ ਆ ਕਰਕੇ, ਅੱਗੇ ਅੱਗੇ ਬਹੁਤ ਵਾਰੀ ਹੋ ਗਿਆ ਜੀ। ਉਹ ਅਸੀਂ ਕੋਰਟ ਮੈਰਿਜ ਕਰਾਈ ਸੀ ਅਤੇ ਉਦੋਂ ਵੀ ਰੰਜਿਸ਼ ਰੱਖਦੇ ਆ, ਤਾਂ ਕਰਕੇ ਕੱਲ੍ਹ ਦਾਰੂ ਪੀ ਕੇ ਆਇਆ ਅਤੇ ਸਾਡੇ ਵੱਲ ਵੇਖੀ ਜਾਂਦਾ ਸੀਗਾ, ਫਿਰ ਸਾਡੇ ਘਰੇ ਵੜ ਗਏ ਸਾਰੇ ਜਣੇ ਅਤੇ ਸਾਨੂੰ ਵਾਧੂ ਕੁੱਟਿਆ ਸੀਗਾ। ਮੇਰੇ ਵੀ ਲੱਤਾਂ, ਮੇਰੇ ਡੈਡੀ ਹੋਲੀ ਗਏ ਆ, ਹਾਂਜੀ ਸਾਰੇ ਪਰਿਵਾਰ ਗਏ ਸੀਗੇ, ਭੂਆ ਭੂਆ ਦਾ ਮੁੰਡਾ ਸਾਰੇ ਸੀਗੇ ਜੀ। ਸਾਡੀ ਤਾਂ ਰਜਮੰਦੀ ਸੀ ਵੀ ਸਾਨੂੰ ਇਨਸਾਫ ਚਾਹੀਦਾ ਸਰ। ਮੈਂ ਵੀ ਪ੍ਰੈਗਨੈਂਟ ਹੈਗੀ ਹਾਂ, ਮੇਰੀ ਵੀ ਉਹਨਾਂ ਨੇ ਲੱਤਾਂ ਮਾਰੀਆਂ ਸੀਗੀਆਂ ਮੈਨੂੰ ਥੱਲੇ, ਮੈਂ ਮੰਮੀ ਨੂੰ ਚੜਾਉਣ ਗਈ ਅਤੇ ਮੈਨੂੰ ਥੱਲੇ ਸੁੱਟ ਦਿੱਤਾ ਸੀਗਾ। ਗੱਲ ਕੁਛ ਨਹੀਂ ਜੀ, ਤੂੰ ਘਰੇ ਸੀਗੇ ਅਤੇ ਉਹ ਦਾਰੂ ਪੀਤੀ ਸੀ, ਤੂੰ ਬਾਹਰੋਂ ਆ ਕੇ ਗਾਲਾਂ ਕੱਢਣ ਲੱਗਿਆ, ਗਾਲਾਂ ਕੱਢਦਾ ਕੱਢਦਾ ਅਤੇ ਇਹ ਬਾਹਰ ਆਏ, ਬਾਹਰੋਂ ਗੇਟ 'ਚੋਂ ਫੜ ਲਿਆ ਨੇ ਸਾਰਿਆਂ ਨੂੰ, ਅਤੇ ਉਹਨਾਂ ਦਾ ਹਥਿਆਰ ਸੀਗੇ, ਟੋਕੀਆਂ ਸੀਗੀਆਂ, ਡਾਂਗਾਂ ਸੀਗੀਆਂ, ਅਤੇ ਸਾਰੇ ਬੁੜੀਆਂ ਦੇ ਬੰਦੇ ਪੈ ਗਏ, ਬਾਹਰ ਰਿਸ਼ਤੇਦਾਰ ਵੀ ਸੱਦੇ ਸੀ ਉਹਨਾਂ ਨੇ। ਪਲੈਨਿੰਗ ਪੂਰੀ ਸੀ, ਸਾਨੂੰ ਕੋਈ ਗੱਲ ਦਾ ਪਤਾ ਹੀ ਨਹੀਂ ਸੀ। ਮੰਗ ਤਾਂ ਇਨਸਾਫ ਚਾਹੀਦਾ ਜੀ ਸਾਨੂੰ ਵੀ, ਅੱਗੇ ਵੀ ਕਈ ਵਾਰੀ ਬਹੁਤ ਲੜਾਈਆਂ ਤੰਗੜੀਆਂ ਕਰੀਆਂ ਜੀ ਮੁੰਡੇ ਨਾਲ, ਕਦੇ ਤੁਹਾਨੂੰ ਫੜ ਦਿਆਂਗੇ, ਮਾਰ ਦਿਆਂਗੇ। ਇਹਦੇ ਵਿੱਚ ਜੀ ਸਾਡੇ ਕੋਲ ਅਜੇ ਕੋਈ ਲਿਖਤੀ ਤੌਰ 'ਤੇ ਜਾਂ ਹੋਸਪਿਟਲ ਤੋਂ ਕੋਈ MLR ਵਗੈਰਾ ਤਾਂ ਸਾਡੇ ਕੋਲ ਅਜੇ ਵਸੂਲ ਨਹੀਂ ਹੋਈ ਹੈ, ਪਰ ਮੈਨੂੰ ਹੁਣ ਪਤਾ ਲੱਗਾ ਵੀ ਕਿਤੇ ਕੋਈ ਰਾਤੀ ਆਪਸ ਵਿੱਚ ਕੋਈ ਕਿਸੇ ਦਾ ਝਗੜਾ ਹੋਇਆ ਤਾਂ ਉਹ ਹੋਸਪਿਟਲ ਐਡਮਿਟ ਹੋਏ ਹੈ, ਪਰ ਅਜੇ ਤੱਕ ਸਾਡੇ ਕੋਲ ਕੋਈ MLR ਇਹਨਾਂ ਦੀ ਕੋਈ ਵਸੂਲ ਨਹੀਂ ਹੋਈ ਹੈ। MLR ਆ ਜਾਂਦੀ ਹੈ ਤਾਂ ਅਸੀਂ ਜਿਹੜਾ ਹੈਗਾ ਪੜਤਾਲ ਵੀ ਕਰ ਲਵਾਂਗੇ, ਅਤੇ ਉਹਦੀ ਜੋ ਵੀ ਇਹਨਾਂ ਦੀ ਸਟੇਟਮੈਂਟ ਲੈ ਕੇ ਜੋ ਵੀ ਜਿਹਦੇ ਖਿਲਾਫ਼ ਜਿਹੜੀ ਵੀ ਕਾਰਵਾਈ ਬਣਦੀ ਹੋਊਗੀ ਉਹਦੇ ਖਿਲਾਫ਼ ਜਿਹੜੀ ਹੈ ਕਾਰਵਾਈ ਕੀਤੀ ਜਾਊ। ਗੱਲ ਕੁਛ ਨਹੀਂ ਜੀ, ਅਸੀਂ ਤੂੜੀ ਲੈ ਕੇ ਘਰੇ ਆਏ ਸੀਗੇ, ਘਰੇ ਆਉਂਦੇ ਨਾਲ ਅਸੀਂ ਪੰਡਾ ਲਾ ਲਿਆ, ਬਾਹਰ ਚਾਚੇ ਦਾ ਮੁੰਡਾ ਖੜਾ ਸੀ, ਉਹਨੇ ਮੇਰੇ ਪੰਡਾ ਚੁਕਾਤੀਆਂ। ਉਹਦਾ ਡੈਡੀ ਆਇਆ, ਉਹ ਦਾਰੂ ਪਿੱਤੀ ਫੁੱਲ, ਉਹ ਪਹਿਲਾਂ ਅੱਖਾਂ ਕੱਢਣ ਲੱਗ ਗਿਆ, ਫਿਰ ਮੈਂ ਬੱਠਾ ਲੈਣ ਗਿਆ ਅੰਦਰ, ਫਿਰ ਮੈਂ ਤੂੜੀ ਪਾ ਕੇ ਮੰਮੀ ਨੂੰ ਦਿੱਤੀ, ਮੈਂ ਗੱਡਾ ਪੜੇ ਠੱਲਣ ਗਿਆ, ਫਿਰ ਮੰਮੀ ਨੂੰ ਬੱਠਾ ਦਿੱਤਾ। ਉਹ ਕਹਿੰਦਾ ਮੰਮੀ ਵਾਸਤੇ ਕਹਿੰਦਾ ਗਲਤ ਬੋਲਿਆ, ਕਹਿੰਦੇ ਇਹਨੂੰ ਬਾਹਰ ਕੱਢੋ, ਰੰਡ ਨੂੰ ਬਾਹਰ ਕੱਢ ਲਓ। ਉਹ ਬਾਅਦ 'ਚ ਸਾਰੇ ਘਰੇ ਵੜ ਗਏ ਜੀ ਸਾਡੇ, ਉਹ 10-15 ਜਣੇ ਹੈਗੇ, ਇੱਕ ਬੂਆ ਦਾ ਮੁੰਡਾ ਆ ਇਹਨਾਂ ਦੇ, ਇੱਕ ਰਿਸ਼ਤੇਦਾਰ ਸੱਜੇ ਹੀ ਘਰੇ। ਇਹਨਾਂ ਪਹਿਲਾਂ ਪਲਾਨਿੰਗ ਬਣਾਈ ਸੀ, ਕੁਹਾੜੇ ਟੋਕੀਆਂ ਸਾਰਾ ਕੁਛ ਸੋਟੀਆਂ ਸਾਡੇ ਘਰੇ ਵੜ ਕੇ ਮਾਰੇ ਸਾਡੇ, ਰੋਲਾ ਕੋਰਟ ਵਿੱਚ ਕਰਾਈ ਹੈ ਸਾਡੀ, ਬਸ 9 ਮਹੀਨੇ ਹੋ ਗਏ। ਡੈਡੀ ਹੈਗਾ ਸੀ, ਚਾਚਾ ਦਾਦਾ ਸਾਰੇ ਹੀ ਸੀ, ਸਾਰਾ ਪਰਿਵਾਰ, ਪਿੱਛੋਂ ਮੁੰਡੇ ਸੱਦੇ ਸੀ ਇਹਨਾਂ ਦੇ, ਦਾਰੂ ਪੀਤੀ ਸੀ ਫੁੱਲ। ਮੰਗ ਤਾਂ ਬਸ ਆਹੀ ਕਰਦੇ ਹਾਂ ਸਾਫ ਜੀ, ਤਾਂ ਦੇਖੋ ਘਰੇ ਵੜ ਕੇ ਸਾਡੇ ਆ ਕਰਕੇ, ਅੱਗੇ 'ਚ ਅੱਗੇ ਬਹੁਤ ਵਾਰੀ ਹੋ ਗਿਆ ਜੀ। ਉਹ ਅਸੀਂ ਕੋਰਟ ਮੈਰਿਜ ਕਰਾਈ ਸੀ ਅਤੇ ਉਦੋਂ ਵੀ ਰੰਜਿਸ਼ ਰੱਖਦੇ ਆ, ਤਾਂ ਕਰਕੇ ਕੱਲ੍ਹ ਦਾਰੂ ਪੀ ਕੇ ਆਇਆ ਅਤੇ ਸਾਡੇ ਵੱਲ ਵੇਖੀ ਜਾਂਦਾ ਸੀਗਾ, ਫਿਰ ਸਾਡੇ ਘਰੇ ਵੜ ਗਏ ਸਾਰੇ ਜਣੇ ਅਤੇ ਸਾਨੂੰ ਵਾਧੂ ਕੁੱਟਿਆ ਸੀਗਾ। ਮੇਰੇ ਵੀ ਲੱਤਾਂ, ਮੇਰੇ ਡੈਡੀ ਹੋਲੀ ਗਏ ਆ, ਹਾਂਜੀ ਸਾਰੇ ਪਰਿਵਾਰ ਗਏ ਸੀਗੇ, ਭੂਆ ਭੂਆ ਦਾ ਮੁੰਡਾ ਸਾਰੇ ਸੀਗੇ ਜੀ। ਸਾਡੀ ਤਾਂ ਰਜਮੰਦੀ ਸੀ ਵੀ ਸਾਨੂੰ ਇਨਸਾਫ ਚਾਹੀਦਾ ਸਰ। ਮੈਂ ਵੀ ਪ੍ਰੈਗਨੈਂਟ ਹੈਗੀ ਹਾਂ, ਮੇਰੀ ਵੀ ਉਹਨਾਂ ਨੇ ਲੱਤਾਂ ਮਾਰੀਆਂ ਸੀਗੀਆਂ ਮੈਨੂੰ ਥੱਲੇ, ਮੈਂ ਮੰਮੀ ਨੂੰ ਚੜਾਉਣ ਗਈ ਅਤੇ ਮੈਨੂੰ ਥੱਲੇ ਸੁੱਟ ਦਿੱਤਾ ਸੀਗਾ। ਗੱਲ ਕੁਛ ਨਹੀਂ ਜੀ, ਤੂੰ ਘਰੇ ਸੀਗੇ ਅਤੇ ਉਹ ਦਾਰੂ ਪੀਤੀ ਸੀ, ਤੂੰ ਬਾਹਰੋਂ ਆ ਕੇ ਗਾਲਾਂ ਕੱਢਣ ਲੱਗਿਆ, ਗਾਲਾਂ ਕੱਢਦਾ ਕੱਢਦਾ ਅਤੇ ਇਹ ਬਾਹਰ ਆਏ, ਬਾਹਰੋਂ ਗੇਟ 'ਚੋਂ ਫੜ ਲਿਆ ਨੇ ਸਾਰਿਆਂ ਨੂੰ, ਅਤੇ ਉਹਨਾਂ ਦਾ ਹਥਿਆਰ ਸੀਗੇ, ਟੋਕੀਆਂ ਸੀਗੀਆਂ, ਡਾਂਗਾਂ ਸੀਗੀਆਂ, ਅਤੇ ਸਾਰੇ ਬੁੜੀਆਂ ਦੇ ਬੰਦੇ ਪੈ ਗਏ, ਬਾਹਰ ਰਿਸ਼ਤੇਦਾਰ ਵੀ ਸੱਦੇ ਸੀ ਉਹਨਾਂ ਨੇ। ਪਲੈਨਿੰਗ ਪੂਰੀ ਸੀ, ਸਾਨੂੰ ਕੋਈ ਗੱਲ ਦਾ ਪਤਾ ਹੀ ਨਹੀਂ ਸੀ।
ਮੰਗ ਤਾਂ ਇਨਸਾਫ਼ ਚਾਹੀਦਾ ਜੀ ਸਾਨੂੰ ਵੀ, ਅੱਗੇ ਵੀ ਕਈ ਵਾਰੀ ਬਹੁਤ ਲੜਾਈਆਂ ਚੱਲ ਰਹੀਆਂ ਕਰੀਆਂ ਜੀ ਮੁੰਡੇ ਨਾਲ, ਕਹਿੰਦੇ ਤੁਹਾਨੂੰ ਵੱਢ ਦਿਆਂਗੇ ਮਾਰ ਦਿਆਂਗੇ। ਇਹਦੇ ਵਿੱਚ ਜੀ ਸਾਡੇ ਕੋਲ ਅਜੇ ਕੋਈ ਲਿਖਤੀ ਤੌਰ 'ਤੇ ਜਾਂ ਹੋਸਪਿਟਲ ਤੋਂ ਕੋਈ MLR ਵਗੈਰਾ ਤਾਂ ਸਾਡੇ ਕੋਲ ਅਜੇ ਵਸੂਲ ਨਹੀਂ ਹੋਈ ਹੈ, ਪਰ ਮੈਨੂੰ ਹੁਣ ਪਤਾ ਲੱਗਾ ਵੀ ਕਿਹੜੇ ਕੋਈ ਰਾਤੀ ਆਪਸ ਵਿੱਚ ਕੋਈ ਕਿਸੇ ਦਾ ਝਗੜਾ ਹੋਇਆ ਤਾਂ ਉਹ ਹੋਸਪਿਟਲ ਐਡਮਿਟ ਹੋਏ ਹੈ, ਪਰ ਅਜੇ ਤੱਕ ਸਾਡੇ ਕੋਲ ਕੋਈ ਕੋਈ MLR ਇਹਨਾਂ ਦੀ ਕੋਈ ਵਸੂਲ ਨਹੀਂ ਹੋਈ ਹੈ। MLR ਆ ਜਾਂਦੀ ਹੈ ਤਾਂ ਅਸੀਂ ਜਿਹੜਾ ਹੈਗਾ ਪੜਤਾਲ ਵੀ ਕਰ ਲਵਾਂਗੇ, ਅਤੇ ਉਹਦੀ ਜੋ ਵੀ ਇਹਨਾਂ ਦੀ ਸਟੇਟਮੈਂਟ ਲੈ ਕੇ ਜੋ ਵੀ ਜਿਹਦੇ ਖਿਲਾਫ਼ ਜਿਹੜੀ ਵੀ ਕਾਰਵਾਈ ਬਣਦੀ ਹੋਊਗੀ ਉਹਦੇ ਖਿਲਾਫ਼ ਜਿਹੜੀ ਹੈ ਕਾਰਵਾਈ ਕੀਤੀ ਜਾਊ।